ਐਪੀਸੋਡ ਦਾ ਦਿਖਾਉਣਾ ਤੁਹਾਨੂੰ ਬਣੀ ਗੱਲ ਕੀ ਕੁਛ ਲੱਗ ਰਿਹਾ ਵੀਰ ਜੀ? ਇਹਦਾ ਲੱਗ ਗਿਆ 77-70 ਹਜ਼ਾਰ ਰੁਪਇਆ। ਇਹਦੀ ਮਾਂ 1,42,000 ਦੀ ਵੇਚੀ। ਸਾਹਮਣੇ ਕਰ ਲੈ ਕਹਿੰਦੇ ਹੱਥ ਜੇ ਦੱਬੀ ਜਾਂਦਾ ਉੱਧਰ ਲਿਆ ਕੇ। ਕਿੰਨੇ ਲਾਉਂਦਾ ਇਹ? ਤਾਂ ਕਰਦੇ ਪੈਣੇ ਵੀਰ ਜੀ, ਇਹਦੇ ਲੱਗਿਆ ਰੇਟ ਲਾਉਣ। ਲੱਗਿਆ ਨੀ ਕੁਛ? ਕਿੰਨਵੇਂ ਸੂਏ ਝੋਟੀ ਆ ਇਹ? ਦੂਜੇ ਸੂਏ ਵੀਰ ਜੀ। ਦੂਜੇ ਸੂਏ ਆਪਾਂ ਕੀ ਮੰਗਦੇ ਹਾਂ? ਆਪਾਂ 1-5 ਮੰਗਦੇ ਬਾਈ ਜਰਾ। ਅੱਛਾ, ਇਹਦਾ ਵੀਰ ਜੀ 75,000 ਰੁਪਏ। ਹੱਥ ਜੇ ਕਾਹਦਾ ਦੱਬਦੇ ਹੁੰਦੇ ਨੇ ਪਰਨਾ ਜਾ ਪਾ ਕੇ ਉੱਤੇ? ਇਹ ਵੀਰ ਜੀ ਮੰਤਰ ਨੇ, ਇਹਦੇ ਪੜਦਾ ਹੁੰਦਾ ਜੀ। ਇਹ ਪੜਦਾ ਹੁੰਦਾ, ਇਹ ਡਰਾ ਕੇ ਸਾਹਮਣੇ ਕਾਹਦੋਂ ਨਹੀਂ ਬੋਲਦੇ? ਨਹੀਂ ਸਾਹਮਣੇ ਬੋਲਿਆ ਵੀ ਇੰਨੇ ਦੀ ਹੋ ਗਈ, ਕਿਉਂ ਨਹੀਂ ਦੱਸਦੇ? ਉੱਲਾ ਕਰਕੇ ਸੋਦਾ ਹੁੰਦਾ ਜੀ। ਅੱਛਾ, ਜੇ ਹੁਣ ਗਾਹ ਤੁਸੀਂ ਕਿਹੜਾ, ਤੁਹਾਨੂੰ ਪਤਾ ਲੱਗਦਾ ਇਸ ਚੀਜ਼ ਦਾ ਫਿਰ ਤੁਸੀਂ ਲਾਓਗੇ ਰੇਟ। ਠੀਕ ਹੈ ਜੀ। ਕਿੰਨੇ ਲਾਉਂਦੇ ਨੇ ਜੀ? ਕਿੰਨੇ ਲਾ ਰਹੇ ਨੇ? 82-83 ਹਜ਼ਾਰ ਰੁਪਏ। 82-83 ਲਾਉਂਦੇ ਨੇ ਬਾਪੂ? ਇਹ ਹੱਥ ਜੇ ਕਾਹਦੋਂ ਦੱਬਦੇ ਹੁੰਦੇ ਨੇ ਪਰਨਾ ਜਾ ਪਾ ਕੇ ਉੱਤੇ? ਇਹ ਪੈਸੇ ਸਿਰ ਕਰਾਉਣੇ ਪੈਂਦੇ ਪਹਿਲਾਂ, ਫਿਰ ਪਤਾ ਲੱਗ ਜਾਂਦਾ। ਹੈ ਜੀ, 5-7 ਲੱਖ ਸਿਰ ਕਰਾਉਣਾ ਪੈਂਦਾ, ਫਿਰ ਪਤਾ ਲੱਗ ਜਾਂਦਾ। ਅੱਛਾ ਜੀ, ਵਪਾਰ ਦੇ ਕੰਮ 'ਚ? ਵਪਾਰ ਦੇ ਕੰਮ ਫੇਲ ਹੋਣਾ ਪੈਂਦਾ ਪਹਿਲਾਂ ਕਾਮਯਾਬ ਹੋਣ ਵਾਸਤੇ। ਹਾਂ, ਫੇਲ ਹੋਣਾ ਪੈਂਦਾ। 82-83 ਲਾ ਗਏ ਜੀ। ਹੈ, ਆਪਾਂ ਕਿੰਨੇ ਮੰਗਦੇ ਹਾਂ? ਆਪਣਾ 85,000 ਦਾ ਮੰਗ। 85 ਲਾਸਟ ਹੀ ਆਪਣਾ ਫਿਕਸ ਹੈ? ਫਿਰ ਤਾਂ ਹੋ ਜੂਗਾ ਸੌਦਾ, ਨੇੜੀ ਹੈ। ਅੱਛਾ, ਮੁੱਲ 1-5 ਦੇਣੀ ਹੈ? 85 ਦੇਣੀ ਆ ਝੋਟੀ ਹੈ। ਕਿੰਨਵੇਂ ਸੂਏ ਇਹ? ਦੂਜੇ ਸੂਏ, 14 ਲੀਟਰ ਤਿਆਰ। ਅੱਛਾ ਜੀ, ਆਹ ਦੇਖ ਲਓ ਦੋਸਤੋ, ਥਣ ਹਵਾਨਾ ਲੈਬ ਸੌਦੇ ਦੇ ਦਰਸ਼ਨ ਕਰਾਏ ਤੁਹਾਨੂੰ ਇੱਕ ਵਾਰੀ। ਦਰਮਿਆਨੇ ਕੱਦ ਕਾਠ 'ਚ ਹੈ, ਜਾਣ ਵਾਲੀ ਝੋਟੀ ਆ, ਚੌੜਾ ਢਾਂਚਾ, ਬਹੁਤ ਸਮੀ ਹੋਈ ਆ ਝੋਟੀ, 14-15 ਕਿਲੋ ਗੋਲਾ ਬਾਈ ਕਹਿੰਦਾ ਤਿਆਰ ਹੈ। ਬਾਕੀ ਮੈਂ ਬਾਈ ਨੂੰ ਪੁੱਛਿਆ ਸੀਗਾ ਵੀ ਜਿਹੜਾ ਪਰਨਾ ਜਿਹਾ ਹੱਥ 'ਤੇ ਰੱਖ ਕੇ ਇਹ ਰੇਟ ਲਾਉਂਦੇ ਨੇ, ਇਹਦੀ ਕੀ ਚੱਕਰ ਹੈ? ਇਹ ਕਹਿੰਦੇ ਇਹਦੇ ਵਾਸਤੇ 5-7 ਲੱਖ ਕਹਿੰਦੇ ਸਿਰ ਕਰਾਉਣਾ ਪੈਂਦਾ, ਵਪਾਰ ਦੇ ਕੰਮ 'ਚ ਪਹਿਲਾਂ ਫੇਲ ਹੋਣਾ ਪੈਂਦਾ ਕਹਿੰਦੇ, ਉਸ ਤੋਂ ਬਾਅਦ ਸਾਰਾ ਕੁਝ ਪਤਾ ਲੱਗਦਾ। ਇਹ ਥਾਣਾ ਹਵਾਨਾ ਦਿਖਾ ਦਿੰਦੇ, ਦੂਜੇ ਸੂਏ ਝੋਟੀ ਆ ਬਾਈ ਦੀ, ਚੌੜੇ ਹਵਾਨੇ ਦੀ ਹੈ, ਪੱਟਾਂ ਦੇ ਸਾਨ ਵਾਲਾ ਜੋ ਸਾਡਾ ਹਵਾਨਾ, ਜਾਣ ਜੂਣ ਬਹੁਤ ਆ ਝੋਟੀ 'ਚ, ਸਮੀ ਹੋਈ ਆ ਪੂਰੀ। 83,000 ਰੁਪਇਆ ਲਾ ਕੇ ਗਏ ਨੇ। ਨੌਕਰੀ ਘੋੜੀ 83,000 ਰੁਪਇਆ ਝੋਟੀ ਦੇ ਲਾ ਗਏ ਬਾਈ ਬਾਪੂ, ਪੂਰੀ 85 ਤੇੜੇ ਹੋਏ ਨੇ ਕਹਿੰਦੇ, ਗੱਲ ਨੇੜੀ ਆ ਕਹਿੰਦੇ। ਬਾਪੂ ਨੂੰ ਮੈਂ ਪੁੱਛਿਆ ਸੀਗਾ ਵੀ ਹੱਥ ਜਾ ਕਾਹਤੋਂ ਦੱਬਦੇ ਨੇ, ਪਰ ਬਾਪੂ ਜੀ ਨੇ ਦੱਸਿਆ ਨਹੀਂ, ਕਹਿੰਦੇ ਵੀ ਇਹ ਤਾਂ 5-7 ਲੱਖ ਪਹਿਲਾਂ ਕਰਾ ਕੇ ਸਿਰ ਵਪਾਰ 'ਚ ਫੇਲ ਹੋ ਕੇ, ਕਹਿੰਦੇ ਵੀ ਫੇਰ ਪਤਾ ਲੱਗਦਾ ਵੀ ਹੱਥ ਜਾ ਦੱਬ ਕੇ ਕਿੰਨੇ ਵਾਰ ਉਂਗਲੀਆਂ ਦੱਬ ਕੇ ਕਿੰਨੀ ਕਿਹੜੀ ਪੇਮੈਂਟ ਕਿੰਨੀ ਬਣਦੀ ਹੈ। ਇਹ ਵਪਾਰੀਆਂ ਦੇ ਦੋਸਤੋ ਸੀਕਰੈਟ ਹੁੰਦੇ ਨੇਗੇ, ਨਹੀਂ ਦੱਸਣਾ ਚਾਹੁੰਦੇ ਹੁੰਦੇ, ਇਹ ਵੀ ਇਹਨਾਂ ਦੀ ਗੱਲ ਜਾਇਜ਼ ਹੈ। ਅਤੇ ਬਾਪੂ ਜੀ ਦਾ ਮੈਂ ਨੰਬਰ ਪੁੱਛਣਾ ਚਾਹੂੰਗਾ, ਜੇ ਝੋਟੀ ਕੋਈ ਹੋਰ ਵੀਰ ਲੈਣਾ ਚਾਹੂਗਾ, ਆਪਣਾ ਨੰਬਰ ਬੋਲ ਦਿਓ। 98-550 ਹਾਂਜੀ 26-165 ਇੱਕ ਵਾਰੀ ਹੋਰ ਬੋਲ ਦਿਓ। 98-550 26-165 ਕਿਹੜੀ ਜਗ੍ਹਾ ਤੋਂ ਜੀ? ਆਪਾਂ ਭਾਈ ਭਗਤੇ। ਭਾਈ ਭਗਤੇ ਤੋਂ? ਠੀਕ ਆ ਜੀ। ਆਪਾਂ 85, ਮਤਲਬ ਇਹਦਾ ਰੇਟ ਫਿਕਸ ਹੀ ਆ ਜੀ? ਫਿਕਸ ਹੀ ਆ ਜੀ। 82-83 ਤਾਂ ਫਿਰ ਲੱਗ ਹੀ ਜਾਂਦਾ ਹੈ ਨਾ? ਠੀਕ ਹੈ ਜੀ, ਮੈਂ ਲਾਊਂਗਾ ਬਾਪੂ ਦਾ ਨੰਬਰ ਸਕਰੀਨ 'ਤੇ। ਜੇ ਝੋਟੀ ਦਾ ਇੱਥੇ ਸੌਦਾ ਨਾ ਹੋਇਆ ਤਾਂ ਤੁਸੀਂ ਔਨਲਾਈਨ ਆਪਣੀ ਤਸੱਲੀ ਕਰਕੇ, ਆਪਣੀ ਨਿਰਖ ਪਰਖ ਨਾਲ ਬਾਪੂ ਜੀ ਤੋਂ ਝੋਟੀ ਲੈ ਸਕਦੇ ਹੋ। ਪਰ ਜਿਹੜੇ ਮੰਤਰ ਮੈਂ ਬਾਪੂ ਜੀ ਤੋਂ ਪੁੱਛਣਾ ਚਾਹੁੰਦਾ ਸੀ, ਉਹਨਾਂ ਨੇ ਮੈਨੂੰ ਦੱਸਣ ਤੋਂ ਮਨਾ ਕਰਤੇ। ਆਪਾਂ ਥਣ ਦਿਖਾ ਦੇਣਾ ਦੋਸਤੋ, ਇਕੱਲਾ ਥਣ ਦੂਰੀ 'ਤੇ ਲੱਗਿਆ, ਡਰਦੀ ਆ ਥੋੜ੍ਹੀ ਜਿਹੀ, ਚੌੜੇ ਹਵਾਨੇ 'ਚ ਝੋਟੀ, ਜਾਣ ਵਾਲੀ ਝੋਟੀ ਆ, ਵਧੀਆ ਸਮੀ ਹੋਈ ਹੈ,
ਰੇਟ ਵੀ ਖਰ ਬਾਪੂ ਜੀ ਨੇ ਜੈਨੂਅਨ ਹੀ ਕਰਿਆ। ਇੱਕ ਵਾਰੀ ਫਿਰ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੇ ਹਾਂ, ਆਪਣੀ ਪੂਰੀ ਨਿਰਖ ਪਰਖ ਕਰਕੇ ਤੁਸੀਂ ਨੰਬਰ ਮੈਂ ਲਾ ਦੂੰਗਾ ਬਾਪੂ ਦਾ ਸਕਰੀਨ 'ਤੇ, ਝੋਟੀ ਖਰੀਦ ਸਕਦੇ ਹੋ ਉਸ ਤੋਂ। ਬਸ ਘੁਮਾ ਲਓ ਜੀ, ਘੁਮਾ ਲਓ ਜੀ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ।